ਅਜਿਹੀ ਵਾਰਦਾਤ ਦਾ ਦਿਨ ਦਿਹਾੜੇ ਵਾਪਰ ਜਾਣਾ, ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੀ ਜਿਹੜੀ ਕਾਰ ਨੂੰ ਘੇਰਿਆ ਗਿਆ, ਥਾਰ ਕਾਰ ਦੇ ਗੱਡੀ ਦੇ ਵਿੱਚ ਆਪਣੇ ਘਰ ਤੋਂ ਨਿਕਲੇ ਸੀ। 4 ਕਿਲੋਮੀਟਰ ਦੂਰੀ 'ਤੇ ਹੀ ਜਿਹੜਾ ਇਹ ਇੰਸੀਡੈਂਟ ਵਾਪਰਦਾ ਹੈ। ਸਿੱਧੂ ਮੂਸੇਵਾਲਾ ਦੇ ਉੱਤੇ ਤਾਬੜਤੋੜ ਗੋਲੀਆਂ ਚੜੀਆਂ ਜਾਂਦੀਆਂ ਨੇ, ਨਾਲ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਨੇ, 3 ਜਿਹੜੇ ਵਿਅਕਤੀ ਨੇ ਉਹ ਥਾਰ ਦੇ ਵਿੱਚ ਹੁੰਦੇ ਨੇ ਸਿੱਧੂ ਮੂਸੇਵਾਲਾ ਦੇ ਸਮੇਤ। ਪਰ ਉਸ ਤੋਂ ਬਾਅਦ ਜਿਹੜੀ ਇਹ ਫਾਇਰਿੰਗ ਹੁੰਦੀ ਹੈ, ਇਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ। ਤਾਬੜਤੋੜ ਗੋਲੀਆਂ, ਮਤਲਬ ਥਾਰ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਛਾਲਣੀ ਜਿਹੜੀ ਹੈ ਉਹ ਗੱਡੀ ਨੂੰ ਬਣਾ ਦਿੱਤਾ ਜਾਂਦਾ ਹੈ। ਪਰ ਖਾਸ ਤੌਰ ਦੇ ਉੱਤੇ ਜ਼ਿਕਰ ਜਿਹੜੀ ਪੰਜਾਬ ਦੀ ਅਰਥ ਪੰਜਾਬ ਦੇ ਲਾਅ ਐਂਡ ਆਰਡਰ ਦਾ ਕਰਦੇ ਹਾਂ, ਜਿਵੇਂ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਸ ਤੋਂ ਬਾਅਦ ਅਜਿਹੀ ਜਿਹੜੀ ਘਟਨਾ ਵਾਪਰਦੀ ਹੈ। ਪਰ ਹੁਣ ਸਵਾਲ ਜਿਹੜਾ ਹੈ ਉਹ ਪਰਿਵਾਰ ਦੇ ਵੱਲੋਂ ਵੀ ਖੜਾ ਕੀਤਾ ਗਿਆ ਹੈ ਕਿ ਸੰਸਕਾਰ ਨੂੰ ਲੈ ਕੇ ਵੀ ਸਰਕਾਰ ਸ਼ਰਤਾਂ ਮੰਨੇ ਅਤੇ ਉਸ ਤੋਂ ਬਾਅਦ ਹੀ ਸੰਸਕਾਰ ਹੋਵੇਗਾ। ਪੰਜਾਬ ਦੇ ਵਿੱਚ ਜਾਣਿਆ ਮਾਣਿਆ ਨਾਂ, ਚਾਹੇ ਮਿਊਜ਼ੀਕਲ ਇੰਡਸਟਰੀ ਹੋਵੇ ਜਾਂ ਫਿਰ ਅਦਾਕਾਰੀ ਦਾ ਖੇਤਰ, ਸਿੱਧੂ ਮੂਸੇਵਾਲਾ ਦੇ ਵੱਲੋਂ ਹਰ ਪਾਸੇ ਹਰ ਪੱਖ ਦੇ ਵਿੱਚ ਮੱਲਾਂ ਮਾਰੀਆਂ ਗਈਆਂ। ਇਸ ਤੋਂ ਬਾਅਦ ਹੁਣ ਸਿਆਸਤ ਦੇ ਵਿੱਚ ਐਂਟਰੀ ਮਾਰੀ ਸੀ ਕਿ ਅਸੀਂ ਵੀ ਪੰਜਾਬ ਦੇ ਯੂਥ ਦੇ ਲਈ ਕੰਮ ਕਰਨਾ ਹੈ, ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨਾ ਹੈ, ਅਜਿਹੇ ਸੁਨੇਹੇ ਦੇ ਕੇ। ਪਰ ਬੇਸ਼ੱਕ ਆਮ ਆਦਮੀ ਪਾਰਟੀ ਦੀ ਇੱਕ ਵੇਵ ਸੀਗੀ, ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਡਾਕਟਰ ਵਿਜੇ ਸਿੰਗਲਾ, ਉਹਨਾਂ ਦੇ ਹੱਥੋਂ ਸਿੱਧੂ ਮੂਸੇਵਾਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਸਭ ਦੇ ਵਿਚਾਲੇ ਸਿੱਧੂ ਮੂਸੇਵਾਲਾ ਦੀ ਜਿਹੜੀ ਲੋਕਪ੍ਰਿਅਤਾ ਹੈ ਉਹ ਘੱਟ ਨਹੀਂ ਹੋਈ ਹੈਗੀ। ਸੋ ਜਿਵੇਂ ਇਹਨਾਂ ਦੇ ਕਰੀਅਰ ਦਾ ਅਸੀਂ ਜ਼ਿਕਰ ਕਰਦੇ ਹਾਂ, ਕਰੀਬ ਸਾਲ 2016 ਦੇ ਵਿੱਚ ਸਿੱਧੂ ਮੂਸੇਵਾਲਾ ਦੇ ਵੱਲੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਸਾਲ 2016 ਦੇ ਵਿੱਚ ਸਿੱਧੂ ਮੂਸੇਵਾਲਾ ਦੇ ਆਪਣੇ ਕਰੀਅਰ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਜਿੱਥੇ ਇੱਕ ਤੋਂ ਬਾਅਦ ਇੱਕ ਕਈ ਗੀਤ ਸਿੱਧੂ ਮੂਸੇਵਾਲਾ ਦੇ ਵੱਲੋਂ ਗਾਏ ਗਏ ਅਤੇ ਤਕਰੀਬਨ ਹਰ ਗੀਤ ਜਿਹੜਾ ਹਿੱਟ ਹੋਇਆ ਯੂਟਿਊਬ ਦੇ ਉੱਤੇ, 1-1 ਕਰੋੜ 2-2 ਕਰੋੜ ਜਿਹੜੇ ਫੋਲੋਵਰਸ ਜਿਹੜੇ ਵਿਊਅਰਸ ਨੇ ਉਹ ਵੀ ਜਿਹੜੇ ਨੇ ਉਹਨਾਂ ਗੀਤਾਂ ਦੇ ਰਹੇ ਨੇ। ਪਰ ਇੱਥੇ ਖਾਸ ਤੌਰ ਉੱਤੇ ਜਿਵੇਂ ਅੰਦਰ ਵੀ ਜਿਹੜੇ ਲੋਕ ਮੌਜੂਦ ਨੇ, ਬਾਹਰੋਂ ਵੀ ਜਿਹੜੇ ਬਾਹਰ ਵੀ ਇੱਥੇ ਲੋਕ ਖੜ੍ਹੇ ਨੇ, ਥੋੜ੍ਹੀ ਜਿਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿੱਥੋਂ ਲੋਕ ਆਏ ਨੇ। ਅੱਛਾ ਬਾਈ ਜੀ, ਤੁਹਾਡਾ ਕੀ ਨਾਮ ਹੈ ਅਤੇ ਕਿੱਥੋਂ ਆਏ ਹੋ? ਅਸੀਂ ਗੇਲਿਆਂ ਤੋਂ ਜੀ। ਗੇਲਿਆਂ ਤੋਂ, ਮਾਨਸਾ ਜ਼ਿਲ੍ਹੇ ਦੇ ਵਿੱਚ? ਹਾਂਜੀ ਹਾਂਜੀ। ਅੱਛਾ, ਜਿਵੇਂ ਆਮ ਤੌਰ ਦੇ ਉੱਤੇ ਇੱਕ ਐਜ਼ ਏ ਪ੍ਰਸ਼ੰਸਕ ਤੁਸੀਂ ਸਿੱਧੂ ਮੂਸੇਵਾਲਿਆਂ ਨੂੰ ਕਦੀ ਮਿਲੇ ਹੋ ਪਹਿਲਾਂ ਜ਼ਿੰਦਗੀ ਦੇ ਵਿੱਚ? ਹਾਂਜੀ ਹਾਂਜੀ। ਅੱਛਾ, ਮਿਲੇ ਹੋ ਕਦੀ? ਹਾਂਜੀ ਹਾਂਜੀ, ਇਸੇ ਹਵੇਲੀ ਦੇ ਵਿੱਚ ਆ ਕੇ ਗੱਲਬਾਤ? ਹਾਂਜੀ ਬਹੁਤ ਵਾਰ। ਜਿਵੇਂ ਹੁਣ ਕੱਲ੍ਹ ਦਾ ਇੰਸੀਡੈਂਟ ਹੁੰਦਾ ਹੈ, ਤੁਹਾਡਾ ਇੱਕ ਪਸੰਦੀਦਾ ਗਾਇਕ ਹੈ, ਤੁਹਾਡਾ ਤੁਸੀਂ ਫੈਨਸ ਹੋ ਅਤੇ ਅੱਜ ਜਿਵੇਂ ਮਿਲਣ ਆਏ ਹੋ, ਅੱਗੇ ਜਿਵੇਂ ਮਿਲਣ ਆਉਂਦੇ ਸੀ ਅਤੇ ਅੱਜ ਦੇ ਹਾਲਾਤ, ਅੱਜ ਸਿੱਧੂ ਮੂਸੇਵਾਲਾ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਕੱਲ੍ਹ ਦੇ ਇੰਸੀਡੈਂਟ ਨੂੰ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਦੁੱਖ ਹੋਇਆ ਜੀ, ਸਾਡੇ ਸਾਰੇ ਰੋਈ ਜਾਂਦੇ, ਕੱਲ੍ਹ ਦੀ ਰੋਟੀ ਨਹੀਂ ਖਾਧੀ ਕਿਸੇ ਦੀ, ਬਹੁਤ ਬੁਰਾ ਹਾਲ ਹੈ ਜੀ। ਗਾਣੇ ਸੁਣਦੇ ਹੁੰਦੇ ਸੀ ਸਿੱਧੂ ਮੂਸੇਵਾਲਾ? ਵੈਸੇ ਵੀ ਬਹੁਤ ਮਿਲਦੇ ਸੀ ਅਸੀਂ ਇੱਥੇ ਆ ਕੇ। ਸੁਭਾਅ ਤੁਹਾਨੂੰ ਕਿਹਾ ਜਿਹਾ ਲੱਗਦਾ ਸੀ? ਬਹੁਤ ਵਧੀਆ ਸੁਭਾਅ ਸੀ। ਇੱਕ ਤਾਂ ਹੁੰਦਾ ਬੰਦਾ ਸਟਾਰਡਮ ਬੰਦੇ ਦੇ ਹੱਥ ਆ ਜਾਂਦੀ ਹੈ ਵੀ ਹਾਂ, ਮਤਲਬ ਬਹੁਤ ਸ਼ੋਹਰਤ ਪੈਸਾ ਹਰ ਇੱਕ ਚੀਜ਼ ਸੀਗੀ ਸਿੱਧੂ ਮੂਸੇਵਾਲਾ ਦੇ ਕੋਲ। ਕੋਈ ਉਹ ਵੀ ਨਹੀਂ ਸੀ ਪੈਸੇ ਦਿੱਤਾ ਜੀ, ਜਮੀ ਨੇਕ ਇਨਸਾਨ ਸੀ, ਜਮਾਂ ਆਮ ਬੰਦੇ ਸੀ। ਕਿੰਨੀ ਵਾਰ ਮੁਲਾਕਾਤ ਤੁਹਾਡੀ ਹੋਈ ਹੈ ਮੂਸੇਵਾਲਾ ਦੇ ਨਾਲ? ਰੋਜ਼ ਵਾਂਗੂ ਹੀ ਹੁੰਦੀ ਸੀ ਇੱਥੇ ਜੀ, ਨਜ਼ਰ ਰਹਿੰਦੇ ਸੀ। ਹਾਂਜੀ ਹਾਂਜੀ। ਜਿਹੜੀ ਗੱਲ ਖਾਸ ਲੱਗਦੀ ਸੀ ਉਹਨਾਂ ਦੀ ਵੀ, ਹਾਂ ਹੋਰ ਸਿੰਗਰਸ ਨੇ ਜਾਂ ਆਮ ਵਿਅਕਤੀਆਂ, ਥੋੜ੍ਹਾ ਜਿਹਾ ਵੱਖਰਾ ਕੀ ਸੀ ਉਹਨਾਂ ਦੇ ਵਿੱਚ? ਕੋਈ ਵੱਖਰਾ, ਆਮ ਵੀ ਆਮ ਹੀ ਰਹਿੰਦੇ ਸੀ। ਕੋਈ ਕੁਆਲਿਟੀ ਦੀ ਮੈਂ ਗੱਲ ਕਰ ਰਿਹਾ ਵੀ, ਕਿਹੜੀ ਤੁਹਾਨੂੰ ਚੀਜ਼ ਖਾਸ ਲੱਗਦੀ? ਮਿਲਦੇ ਸੀ ਹਰੇਕ ਨੂੰ ਜੀ, ਜੇ ਕੋਈ ਆਉਂਦਾ ਸੀਗਾ ਹਰੇਕ ਨੂੰ ਇੱਜ਼ਤ ਨਾਲ ਮਿਲਦੇ ਸੀ, ਆਹ ਖਾਸੀਅਤ ਸੀ ਉਹਨਾਂ ਦੀ। ਕਿਹੜੀ ਗੱਲ ਤੁਹਾਨੂੰ ਜਿਹਦੀ ਕਹੀ ਹੋਵੇ ਮੂਸੇਵਾਲਾ ਨੇ ਅਤੇ ਅੱਜ ਤੱਕ ਦਿਲ ਦੇ ਵਿੱਚ ਘਰ ਕਰ ਗਈ ਹੋਵੇ? ਕੋਈ ਇਹੋ ਜਿਹੀ ਗੱਲ ਸਿੱਧੂ ਮੂਸੇਵਾਲਾ ਨਾਲ ਤੁਸੀਂ ਮਿਲੇ ਹੋ ਅਤੇ ਕਿਹੜੀ ਗੱਲ ਤੁਹਾਨੂੰ ਜਿਹੜੀ ਉਹਨਾਂ ਦੀ ਗੱਲ ਜਿਹੜੀ ਹੈ ਉਹ ਪਸੰਦ ਆਈ ਹੈ ਵੀ ਹਾਂ ਇਹ ਵਿਅਕਤੀ ਮਤਲਬ ਦੁਨੀਆਂ ਦੇ ਨਾਲੋਂ ਵੱਖਰਾ? ਉਹ ਜਦੋਂ ਵੀ ਕਿਸੇ ਦੀ ਜ਼ਮੀਨ ਲੈਂਦੇ ਸੀ ਉਹ ਐਂ ਕਹਿੰਦੇ ਸੀਗੇ ਵੀ ਕਿਸੇ ਨੂੰ ਇਹੀ ਜਿਹੀ ਜ਼ਮੀਨ ਨਾ ਹੋਵੇ ਕਿਸੇ ਦੀ ਵੀ ਅਗਲੇ ਨੂੰ ਅੰਗੂਠਾ ਲਾਉਣ ਲੱਗੇ ਦੁੱਖ ਹੋਵੇ, ਵੀ ਅਗਲਾ ਖੁਸ਼ੀ ਨਾਲ ਉਹ ਕਰੇ ਵੀ ਜਿਹੜੀ ਜ਼ਮੀਨ ਜ਼ਮੂਨ ਲੈਂਦੇ ਅਸੀਂ। ਹਾਂਜੀ ਹਾਂਜੀ। ਖਾਸ ਤੌਰ 'ਤੇ ਉੱਥੇ ਜਿਹੜਾ ਯੂਥ ਹੈ ਉਹ ਵੀ ਇੱਥੇ ਪਹੁੰਚਿਆ ਹੋਇਆ ਜਿਹੜਾ ਪੰਜਾਬ ਭਰ ਤੋਂ। ਅੱਛਾ, ਜਿਵੇਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋ, ਤੁਸੀਂ ਕਿੱਥੇ ਆਏ ਹੋ? ਅਸੀਂ ਰਾਜਸਥਾਨ ਤੋਂ ਆਏ ਵੀਰੇ। ਕਿੱਥੋਂ? ਰਾਜਸਥਾਨ ਤੋਂ। ਰਾਜਸਥਾਨ ਤੋਂ, ਖਾਸ ਤੌਰ ਦੇ ਉੱਤੇ ਇਸ ਘਟਨਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਬਾਅਦ? ਹਾਂਜੀ, ਅਸੀਂ ਰਾਤ ਹੀ ਬਾਈ ਦੀ ਜਿਵੇਂ ਨਿਊਜ਼ ਸੁਣੀ ਉਦੋਂ ਹੀ ਅਸੀਂ ਤੁਰ ਪਏ ਸੀਗੇ ਅਤੇ ਅਸੀਂ ਮੋਰਨਿੰਗ ਪਹੁੰਚ ਗਏ ਸੀ 6:30 ਵਜੇ ਇੱਥੇ। ਅਸੀਂ ਗੰਗਾਨਗਰ ਤੋਂ ਆਏ ਹਾਂ, ਵੈਸੇ ਬਾਈ ਦੇ ਬਹੁਤ ਵੱਡੇ ਫੈਨ ਸੀ, ਬਹੁਤ ਮਾੜਾ ਹੋਇਆ ਵੀਰੇ। ਜਿਵੇਂ ਕੱਲ੍ਹ ਦਾ ਇੰਸੀਡੈਂਟ ਹੁੰਦਾ, ਘਰ ਤੋਂ ਨਿਕਲੇ ਸੀ ਕਰੀਬ 4 ਕਿਲੋਮੀਟਰ ਦੇ ਏਰੀਏ ਦੇ ਵਿੱਚ, ਘਰ ਤੋਂ ਹੀ 4-5 ਕਿਲੋਮੀਟਰ ਦੀ ਥਾਂ ਦੇ ਉੱਤੇ ਇੰਸੀਡੈਂਟ ਵਾਪਰ ਜਾਂਦਾ ਹੈ। ਤੁਹਾਡਾ ਜਿਹੜਾ ਇੱਕ ਪਸੰਦੀਦਾ ਤੁਹਾਡਾ ਸਿੰਗਰ ਹੈ, ਅਦਾਕਾਰ ਹੈ, ਉਹ ਇਸ ਦੁਨੀਆਂ ਦੇ ਵਿੱਚ ਹੁਣ ਨਹੀਂ ਰਿਹਾ ਹੈਗਾ? ਦੇਖੋ ਜੀ, ਕੱਲ੍ਹ ਐਕਚੁਅਲੀ ਐਕਸਟਰਾ ਕਲਾਸ ਚੱਲ ਰਹੀ ਸੀ ਮੇਰੀ, ਜਿਵੇਂ ਮੈਨੂੰ ਨਿਊਜ਼ ਮਿਲੀ, ਸੋ ਮੈਂ ਆਪਦੇ ਮੇਰੇ ਬਾਈ ਹੁਣੀ ਆਇਆ ਨਾਲ, ਇਹਨਾਂ ਨੂੰ ਕਾਲ ਕੀਤੀ ਅਤੇ ਅਸੀਂ ਉਵੇਂ ਗੱਡੀ ਲੈ ਕੇ ਇੱਥੇ ਆ ਗਏ ਬਾਈ ਦੇ ਪਿੰਡ। ਸੋ ਅੱਜ ਬਹੁਤ ਜ਼ਿਆਦਾ
फील हो रहा है बई बई अस दुनिया ते नहीं रहा, एक बहुत चंगी कलम नहीं सानू मिलनी वापिस, बहुत मूड ऑफ है जी। ਕਿਹੜਾ ਗੀਤ ਸਿੱਧੂ ਮੂਸੇਵਾਲਾ ਦਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਅਤੇ ਆਮ ਤੌਰ ਦੇ ਉੱਤੇ ਸੁਣਿਆ ਕਰਦੇ ਸੀ? ਵੈਸੇ ਸਾਰੇ ਪਸੰਦ ਸੀਗੇ ਬਾਈ ਦੇ, ਬਹੁਤ ਜ਼ਿਆਦਾ ਸਾਰੇ ਗਾਣੇ ਸੁਣੇ ਸੀਗੇ, ਬਟ ਜਿਹੜਾ ਟੋਚਣ ਗਾਣਾ ਆਇਆ ਸੀਗਾ, ਕਿਉਂਕਿ ਅਸੀਂ ਵੀ ਇੱਕ ਫਾਰਮਿੰਗ ਤੋਂ ਹੀ ਬਿਲੋਂਗ ਕਰਦੇ ਹਾਂ ਤਾਂ ਟੋਚਣ ਗਾਣਾ ਬਹੁਤ ਪਸੰਦ ਕੀਤਾ ਸੀ ਬਾਈ ਦਾ। ਬਾਕੀ ਬਾਈ ਨੂੰ ਸਾਰਾ ਬਹੁਤ ਸੁਣੀਦਾ ਸੀਗਾ, ਦਿਨ ਰਾਤ ਮਤਲਬ ਗਾਣੇ ਸੁਣਦੇ ਸੀ ਬਾਈ ਦੇ, ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਾਈ ਨੂੰ। ਲਿਖਤ ਸੀਗੀ ਸਿੱਧੂ ਮੂਸੇਵਾਲਾ ਦੀ, ਨੌਜਵਾਨ ਸੀਗਾ, ਬੜੀ ਛੋਟੀ ਉਮਰ ਦੇ ਵਿੱਚ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਮਿਹਨਤ ਮੁਸ਼ਕਤ ਦੇ ਨਾਲ, ਕਿਹੜਾ ਗਾਣਾ ਜਿਵੇਂ ਲਿਖਤ ਸੀ, ਜਿਵੇਂ ਉਹਨਾਂ ਨੇ ਕਿਸਾਨੀ ਦੀ ਗੱਲ ਕੀਤੀ ਹੈ, ਨੌਜਵਾਨਾਂ ਦੀ ਗੱਲ ਕੀਤੀ ਹੈ, ਹਥਿਆਰਾਂ ਦੀ ਵੀ ਗੱਲ ਕੀਤੀ, ਕਿਸਾਨੀ ਦੀ ਗੱਲ ਕੀਤੀ, 9/11 ਕਿਹਾ ਜਾਂਦਾ ਸੀ ਉਹਨਾਂ ਨੂੰ, ਤੁਹਾਨੂੰ ਲੱਗਦਾ ਵੀ ਜਿਵੇਂ ਯੂਥ ਦੇ ਵਿੱਚ ਉਹਨਾਂ ਦਾ ਪ੍ਰਭਾਵ ਸੀ ਕਿਤੇ ਨਾ ਕਿਤੇ, ਹੁਣ ਉਹ ਜਿਹੜਾ ਹੈ ਯੂਥ ਹੈ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਨਾਲ ਉਮੜੇਗਾ, ਇੱਕ ਲਹਿਰ ਬਣੇਗੀ? ਬਿਲਕੁਲ ਜੀ, ਦੇਖੋ ਬਾਈ ਦੇ ਗਾਣੇ ਬਹੁਤ ਵਧੀਆ ਸੀਗੇ ਨਾ, ਚਾਹੇ ਗੈਂਗਸਟਰ ਵਾਲੇ ਸੀ ਚਾਹੇ ਜਿਵੇਂ ਮਰਜ਼ੀ ਸੀ, ਬਟ ਬਾਈ ਦੇ ਗਾਣੇ ਸੁਣ ਕੇ ਬਹੁਤ ਵੱਡਾ ਕੌਨਫੀਡੈਂਸ ਹੁੰਦਾ ਸੀਗਾ ਸਾਨੂੰ ਵੀ, ਸਟੂਡੈਂਟਸ ਨੂੰ ਵੀ, ਅਤੇ ਬਾਕੀ ਬਾਈ ਡਾਊਨ ਟੂ ਅਰਥ ਪਰਸਨ ਸੀਗਾ ਨਾ, ਅਤੇ ਫਾਰਮਿੰਗ ਤੋਂ ਬਹੁਤ ਰਿਲੇਟਡ ਸੀ ਤਾਂ ਬਾਈ ਨੂੰ ਬਹੁਤ ਪਸੰਦ ਕਰਦੇ ਸੀ, ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਾਈ। ਇੰਨਾ ਬੜਾ ਘਾਟਾ ਮਹਿਸੂਸ ਕਰਦੇ ਹੋ? ਬਹੁਤ ਵੱਡਾ ਘਾਟਾ ਮਹਿਸੂਸ ਕਰਦੇ ਹਾਂ ਜੀ। ਸੋ ਖਾਸ ਤੌਰ ਦੇ ਉੱਤੇ ਯੂਥ ਇੱਥੇ ਪਹੁੰਚਿਆ, ਤੁਹਾਡਾ ਕੀ ਨਾਮ ਹੈ, ਤੁਸੀਂ ਕਿੱਥੋਂ ਆਏ ਹੋ? ਲਵਪ੍ਰੀਤ ਸਿੰਘ ਹੈ ਜੀ, ਗੰਗਾਨਗਰ ਤੋਂ। ਗੰਗਾਨਗਰ? ਤੁਸੀਂ ਸਾਰੇ ਰਾਜਸਥਾਨ ਤੋਂ? ਰਾਜਸਥਾਨ ਤੋਂ ਆਏ ਜੀ। ਜਿਵੇਂ ਕੱਲ੍ਹ ਦਾ ਇੰਸੀਡੈਂਟ ਵਾਪਰਿਆ, ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੈਗੇ, ਬੇਸ਼ੱਕ ਅੱਜ ਪੰਜਾਬ ਭਰ ਤੋਂ ਯੂਥ ਹੈ ਜਿਹੜਾ ਉਹਨਾਂ ਦੇ ਨਾਲ, ਉਹਨਾਂ ਦੇ ਗਾਣੇ ਸੁਣਨ ਦੇ ਸ਼ੌਕੀਨ ਜਿਹੜੇ ਨੌਜਵਾਨ ਨੇ ਉੱਥੇ ਪਹੁੰਚ ਰਹੇ ਨੇ, ਅਤੇ ਕੱਲ੍ਹ ਦੇ ਇੰਸੀਡੈਂਟ ਨੂੰ ਕਿਵੇਂ ਦੇਖਦੇ ਹੋ? ਵੀ ਇੱਕ ਘਟਨਾ ਦੇ ਕਾਰਨ ਪੰਜਾਬ ਦੇ ਕੋਲੋਂ ਇੱਕ ਵੱਡਾ ਗਾਇਕ ਖੁੰਝ ਗਿਆ, ਇੱਕ ਸਿਆਸਤਦਾਨ ਖੁੰਝ ਗਿਆ, ਅਤੇ ਨੌਜਵਾਨਾਂ ਦਾ ਇੱਕ ਆਈਕੋਨ ਜੀ, ਬਹੁਤ ਵੱਡਾ ਘਾਟਾ ਪਿਆ ਜੀ ਪੰਜਾਬ ਨੂੰ। ਇੱਕ ਨੌਜਵਾਨ ਵੀ ਵਧੀਆ ਸੀ, ਗਾਇਕ ਵਧੀਆ ਸੀਗਾ ਜੀ, ਅਤੇ ਬਹੁਤ ਦੁੱਖ ਲੱਗਿਆ ਜੀ ਸੁਣ ਕੇ, ਜਿਵੇਂ ਹੀ ਖਬਰ ਸੁਣੀ ਅਸੀਂ ਉਦੋਂ ਹੀ ਤੁਰ ਪਏ ਸੀ ਜੀ ਹੱਥ ਨੇ ਉਦੋਂ, ਅਤੇ ਇੱਥੇ ਅੱਜ ਪਹੁੰਚੇ ਹਾਂ ਜੀ, ਰਾਤ ਦੇ ਹੀ ਸੀਗੇ ਮਤਲਬ ਵੀ। ਤੁਹਾਨੂੰ ਤਾਂ ਨਵੇਂ ਗਾਣਿਆਂ ਦੀ ਉਮੀਦ ਹੋਣੀ ਸੀ ਵੀ ਹੁਣ ਨਵੇਂ ਗਾਣੇ ਆਉਣਗੇ ਜੀ? ਰਾਤ ਹੋਈ ਚਰਚਾ ਸੀਗੀ ਵੀ ਨਾ, ਹਜੇ ਤਾਂ ਬਹੁਤ ਕੁਛ ਕਰਨਾ ਸੀਗਾ ਬਾਈ ਨੇ, ਹਜੇ ਤਾਂ ਕੁਛ ਵੀ ਨਹੀਂ ਸੀਗਾ। ਅਤੇ ਤੁਹਾਨੂੰ ਲੱਗਦਾ ਵੀ ਜਿਹੜੀ ਉਮਰ ਦੇ ਵਿੱਚ ਕੋਈ ਇੱਕ ਨੌਜਵਾਨ ਆਪਣਾ ਕਰੀਅਰ ਸ਼ੁਰੂ ਕਰਦਾ ਹੈ, ਉਸ ਉਮਰ ਦੇ ਵਿੱਚ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ? ਹਾਂਜੀ, ਬਹੁਤ ਵੱਡਾ ਘਾਟਾ ਪਿਆ ਜੀ ਇੰਡਸਟਰੀ ਨੂੰ, ਹਜੇ ਤਾਂ ਉਹਨਾਂ ਨੇ ਬਹੁਤ ਕੁਛ ਕਰਨਾ ਸੀ ਅੱਗੇ, ਸਾਡੇ ਵੀ ਬਹੁਤ ਸੁਪਨੇ ਜੁੜੇ ਸੀ ਉਹਨਾਂ ਨਾਲ ਹੀ, ਅਤੇ ਪਰ ਬਹੁਤ ਦੁੱਖ ਲੱਗਿਆ ਜੀ। ਕੱਲ੍ਹ ਗੀਤ ਤੁਹਾਨੂੰ ਬੇਹੱਦ ਤੁਹਾਡੇ ਦਿਲ ਦੇ ਨਜ਼ਦੀਕ ਹੈ, ਸਿੱਧੂ ਮੂਸੇਵਾਲਾ ਦਾ 295 ਜੀ, ਜਿਹੜੀ ਉਹਨਾਂ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਧਾਰਮਿਕ ਤੌਰ ਦੇ ਉੱਤੇ, ਇੱਕ ਤੰਜ ਜਿਹੜਾ ਕੱਸਿਆ ਹੈ, ਉਹ ਚੀਜ਼ਾਂ ਆਮ ਤੌਰ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਵੀ ਦੁਨੀਆ ਦੇ ਸਾਹਮਣੇ ਖੁੱਲ੍ਹ ਕੇ ਪੇਸ਼ ਕਰ ਦਿੰਦੇ ਸੀਗੇ ਸਿੱਧੂ ਮੂਸੇਵਾਲਾ? ਹਾਂਜੀ, ਉਹਨਾਂ ਨੇ ਬਹੁਤ ਵੀ ਕੋਈ ਮਾੜੀ ਗੱਲ ਤਾਂ ਕਹੀ ਨਹੀਂ ਜੀ ਗਾਣੇ 'ਚ, ਬਹੁਤ ਸਿੱਖਿਆ ਵਾਲੀਆਂ ਹੀ ਦਿੱਤੀਆਂ, ਬਹੁਤ ਲੀਡਰਾਂ ਬਾਰੇ ਵੀ ਕਿਹਾ ਕੁਛ ਵੀ। ਮਿਲੇ ਹੋ ਕਦੀ ਸਿੱਧੂ ਮੂਸੇਵਾਲਾ ਨੂੰ ਜਾਂ ਇੱਥੇ ਕਦੀ ਆਏ ਹੋ ਪਹਿਲਾਂ? ਨਹੀਂ ਜੀ, ਅੱਜ ਪਹਿਲੀ ਵਾਰੀ ਆਏ ਜੀ। ਕਦੇ ਜਦੋਂ ਇਸ ਜ਼ਿੰਦਗੀ ਦੇ ਵਿੱਚ ਸੀਗੇ, ਕੱਲ੍ਹ ਤੱਕ ਤੁਸੀਂ ਸੋਚਿਆ ਸੀ ਵੀ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੇ ਪਿੰਡ ਮੂਸੇ ਦੇ ਵਿੱਚ ਜਾ ਕੇ ਮਿਲਾਂਗੇ ਘਰ ਉਹਨਾਂ ਦੇ? ਹਾਂਜੀ, ਅਸੀਂ ਕੋਚਿੰਗ ਤੋਂ ਬਾਅਦ ਆਉਣਾ ਸੀਗਾ ਜੀ ਇੱਥੇ, ਪਰ ਸਵਾਬ ਨਹੀਂ ਮਿਲਿਆ ਜੀ। ਤੁਹਾਡਾ ਕੀ ਨਾਮ ਹੈ? ਜਸਦੀਪ ਸਿੰਘ ਜੀ, ਮਾਨਵੀ ਬਣੇ ਪਿੰਡ ਆ ਮੇਰਾ ਜੀ, ਅਤੇ ਜਿੰਨੇ ਵਾਰ ਵੀ ਬਾਈ ਸਾਡੇ ਪਿੰਡ ਗਏ ਜਾਂ ਅਸੀਂ ਆਏ ਹਾਂ, ਕਦੇ ਬਾਈ ਨੇ ਆਏ ਨਹੀਂ ਆਖਿਆ ਵੀ ਫੋਟੋ ਖਿਚਾਉਣੀ ਜਾਂ ਆਏ, ਜਦੋਂ ਅਸੀਂ ਆ ਕਹਿੰਦੇ ਨੇ ਬਾਈ ਨੂੰ ਬਾਈ ਫੋਟੋ ਖਿਚਾਉਣੀ ਆ, ਬਾਈ ਕਹਿੰਦਾ ਖਿਚਾਓ ਜੀ ਆਪ, ਕਦੇ ਨਹੀਂ ਬਾਈ ਨੇ ਕਿਹਾ ਸੀ ਦੂਜੇ ਐਕਟਰਾਂ ਵਾਂਗੂ ਜਾਂ ਕਲਾਕਾਰਾਂ ਵਾਂਗੂ ਵੀ ਸਿਆਣ ਦੀ ਨਹੀਂ ਹੈਗੀ, ਭਰਾਵਾਂ ਵਾਂਗੂ ਗੱਲ ਕਰਦੇ ਸੀ ਆਪਣੇ ਭਰਾ ਦੇ। ਹਾਂਜੀ, ਨਾਲ ਹੀ ਸਾਡਾ ਪਿੰਡ, ਜਿੰਨੇ ਵਾਰੀ ਵੀ ਆਏ ਹਾਂ ਵੋਟਾਂ ਵਾਲੀ ਮੈਂ ਪੂਰੀ ਸਪੋਰਟ ਕੀਤੀ ਸੀ ਬਾਈ ਦੀ, ਅਤੇ ਵਧੀਆ ਬੰਦਾ ਸੀਗਾ ਬਾਈ। ਬਹੁਤ ਵੱਡਾ ਘਾਟਾ ਪੈ ਗਿਆ ਨੌਜਵਾਨਾਂ ਨੂੰ ਪੰਜਾਬ ਦਾ, ਉਹ ਘਾਟਾ ਪੈ ਗਿਆ ਬਾਈ, ਚੰਗੇ ਬੰਦਿਆਂ ਨੂੰ ਨਾ ਛੱਡਣੀ ਨਹੀਂ, ਮਾੜਾ ਕਹਿਣਾ ਹੀ ਕਹਿਣਾ, ਸਰਕਾਰਾਂ ਦਾ ਇਹੀ ਕੰਮ ਆ। ਦੀਪ ਸਿੱਧੂ ਕਰਨਾ ਉਹ ਸੀਗਾ, ਇਹਨਾਂ ਨੇ ਉਹ ਮਰਵਾਤਾ, ਨੰਗਲ ਮੀਆਂ ਮਰਵਾਤਾ, ਆਹ ਮੂਸੇ ਵਾਲਾ ਬਾਈ ਮਰਵਾਤਾ, ਇਹ ਕੰਧਾਂ ਤੋਂ ਮਿਟਦਾ, ਸਾਡੇ ਦਿਲਾਂ ਤੋਂ ਨਹੀਂ ਮਿਟਾਇਆ ਜਾ ਸਕਦਾ ਮੂਸੇ ਵਾਲਾ ਨਾਂ। ਕਿਹੜਾ ਤੁਹਾਨੂੰ ਉਹਦਾ ਉਹਨਾਂ ਦਾ ਗੀਤ ਸਿੱਧੂ ਮੂਸੇਵਾਲਾ ਦੀ ਕਿਹੜੀ ਲਿਖਤ ਜਿਹੜੀ ਹੈ ਸਭ ਤੋਂ ਪਸੰਦ ਹੈ? ਹਾਲਾਂਕਿ ਗੀਤ ਤੁਹਾਨੂੰ ਸਾਰੇ ਪਸੰਦ ਹੋਣਗੇ। ਇਹ ਗੀਤ ਦੇ ਵਿੱਚ ਕੁਛ ਨਾ ਕੁਛ ਤਾਂ ਚੀਜ਼ ਹੈਗੀ ਸੀ ਸਾਨੂੰ ਸਿੱਖਣ ਨੂੰ ਮਿਲਦੀ। ਕੋਈ ਖਾਸ ਗੀਤ ਜਿਹੜਾ ਤੁਹਾਡੇ ਦਿਲ ਨੂੰ ਛੂਹਿਆ ਹੋਵੇ? ਕਿਹੜਾ? ਜਵਾਨੀ ਜੋ ਠੂਏ ਜਨਾਜ਼ਾ ਮਿੱਠੀ ਹੈ, 295 ਗੀਤ ਬਹੁਤ ਵਧੀਆ ਹੈ। ਜਨਾਜ਼ਾ ਮਿੱਟੀ ਹੈ, ਕਰੀਬ 2 ਹਫ਼ਤੇ ਪਹਿਲਾਂ ਜਿਹੜਾ ਸਿੱਧੂ ਮੂਸੇਵਾਲਾ ਦਾ ਗੀਤ ਆਉਂਦਾ ਹੈ। ਸੋ ਆਪਣੇ ਜਿਹੜੇ ਬੋਲ ਨੇ ਸਿੱਧੂ ਮੂਸੇਵਾਲਾ ਦੇ ਕਿਤੇ ਨਾ ਕਿਤੇ ਜਿਹੜੇ ਸੱਚ ਹੋਏ ਨੇ। ਸੋ ਅੱਜ ਦਾ ਲਾਸਟ ਰਾਈਡ ਸਿੱਧੂ ਮੂਸੇਵਾਲਾ ਦਾ ਜਿਹੜਾ 2 ਹਫ਼ਤੇ ਪਹਿਲਾਂ ਜਿਹੜਾ ਗੀਤ ਆਇਆ ਸੀ ਉਹ ਵੀ ਚਰਚਾ ਦੇ ਵਿੱਚ ਹੈ। ਸੋ ਇੱਥੇ ਲਗਾਤਾਰ ਕਵਰੇਜ ਜਾਰੀ ਹੈ, ਪਰ ਇੱਥੇ